لعلمك أجده عون لك في النوائي كل هم وهم سيد لي بعلي 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 يا مولاتي يا فاطمة أبي سني اللهم إني أسألك بحق ياسية بنت مزاحم سن في عزاء الحسين عليه الصلاة والسلام يا رب الحسين بحق الحسين اشف صدر الحسين بظهور الحجة القائم على المقام مجلس پاک دی قبولیت واسطے مل کے سلوات سارے سب خلوص و عقیدت نال بانیان و مومنین فرش آزاد اہتمام فرمایا موسم دی ناسودگی تہاڈا ٹر آیا دلی دعا ہے بارگاہ امامت وچ عبادت قبول ہو گئے میرے بزرگان میرے واجب الاحترام سنی شیعہ صاحبان اجازت ہوئے میں نوکری شروع کروں ایک سلوات اپنے بہر میں وارث دیا میں دوسرا اعوذ باللہ من الشیطان الرجیم بسم اللہ صلى الله عليه وآله وسلم إن البنت رحمة بواظب الأنب صلوات خالق و مالک تمام احباب دا امام بارگاہ چرایا قبول و منظور فرما دے میرے نہایت ہی محترم حاضرین و سامعین سادات و مومنین سنی شیعہ صاحبان جلسے دی مجلس سے کوئی لمبا نہیں پڑھنا ایک سطر مصاحب دی سنو ایک دعا دے جملے تو میں دکھاں دی سطر دے تدا کر لگا چونکہ مالک دا حکم جتھے رومن والے کافی بیٹھے ہومن اتھے منگی ہوئی دعا رد نہیں میرا کریم اللہ میرا سمیع بصیر اللہ اتنے ماتمیاں عزادار اچھ کھلو کے سارے دی طرف مالک ایک دعا مانگا لگا مالک شاہ اللہ شریف والدین نو دھیاں دے دکھ نہ لگا میں بسم اللہ دی امیر دیئے غریب دیئے سنی دیئے شیعہ مالک جتھے دھیاں دیتیاں نہیں ماں پیاں نو دھیاں دے دکھ نہ لگا صدقہ علی دیاں اجڑیوں یا دھیاں دا جتھے شریف علی یا دھیاں ہوئے شاللہ سکھی بس دیاں ہوئے لیکن سالے معاشرے دینا ہماریاں ہیں شاید علم دا فقدان ہے پھر سالے معاشرے ایسے سسٹم نے کہ بعضی دفعہ پھر دھیاں اوکھیاں ہو جانی ہیں میرے تجربے دی بات ہے تو سامی اس بات دی تائید کر سو دھی جیڑی بھی اوکھی ہوئے شریفان دیاں دھیاں دا کانوں نے اپنے دکھ بھیرا مانو نہیں دستا جی بڑی اوکھیاں میں بھیرا پوچھا ویر میں ٹھیک ہے کسے شہدی لوڑتے نہیں نا ویر میں کسے شہد کی میں لب دیئے میں بڑی سوکھیاں
ਨਹੀਂ ਕਿਸੇ ਸ਼ਾਇਦ ਕੋਸ਼ਿਸ਼ ਕਰਦੀਆਂ ਨੇ ਆਪਣੇ ਦੁੱਖ ਆਪਣੇ ਅੰਦਰ ਰੱਖਣ ਵੀਰ ਉਹਨਾਂ ਦੱਸਾਂ ਮੇਰੀ ਵਜ੍ਹਾ ਤੋਂ ਪਰੇਸ਼ਾਨ ਹੋ ਸੀ ਔਰ ਬਾ ਖੁਦਾ ਦੇ ਵਨਿਆਲੇ ਗਿਰਦ ਨਵਾ ਦੇ ਸਾਦਾ ਮੋਮਿਨੀਨ ਸੁਨਿਸ਼ੀਆ ਭਾਈ ਧੀਆਂ ਫਿਰ ਦੁੱਖ ਪਿਓਾਂ ਨੂੰ ਵੀ ਨਹੀਂ ਦੱਸਦੀਆਂ ਅੱਬਾ ਜੀ ਮੈਂ ਬਿਲਕੁਲ ਠੀਕ ਹਾਂ ਮੈਂ ਬੜੀ ਸੌਖੀ ਜੇ ਮੈਂ ਕਿਸੇ ਸ਼ਾਇਦ ਕੋਈ ਸੁਣੀ ਭਾਈ ਬੈਠੇ ਤੇ ਤਾਈਦ ਕਰੇ ਮੇਰੀ ਅੱਲਾ ਨਾ ਕਰੇ ਜਿਸਲੇ ਧੀਆਂ ਉਜੜ ਕੇ ਮਾਵਾਂ ਨੂੰ ਮਿਲਦੀਆਂ ਸਾਰੇ ਦੁੱਖ ਮਾਵਾਂ ਨੂੰ ਦੱਸਦੀਆਂ ਜਿਨ੍ਹਾਂ ਹਾਏ ਕੀਤੀ ਤੁਹਾਡੀ ਤਾਈਦ ਹੋ ਗਈ ਲਾ ਇਲਾਹ ਇੱਲੱਲਾ ਮੁਹੰਮਦ ਰਸੂਲੁੱਲਾਹ ਅਲੀਯਨ ਵਲੀਉੱਲਾਹ ਮਿਨ ਕਲਮੇ ਦੀ ਕਸਮੇ ਦੇਵਨੇ ਵਾਲਿਆਂ ਉਜੜ ਕੇ ਜ਼ੈਨ ਮਿਸਾਲ ਬਾਦ ਮਾਂ ਦੀ ਕਬਰ ਉਜੜ ਕੇ ਅਲੀ ਦੀਦੀ ਸਾਲ ਬਾਅਦ ਮਦੀਨੇ ਆਈਏ ਮੁਹੰਮਦ ਹਨਫੀਆ ਪੁੱਛਦੇ ਰਹੇ ਆਦੀ ਰਹੀਏ ਵੀਰ ਮੈਂ ਠੀਕ ਹਾਂ ਹਨਫੀਆ ਮੈਂ ਸ਼ਾਮ ਫਤਿਹ ਕਰ ਆਈ ਹਾਂ ਨਾਨੇ ਦੀ ਕਬਰ ਤੇ ਆਈਏ ਨਾਨਾ ਪੁੱਛਦਾ ਰਿਹਾ ਜ਼ੈਨਬ ਕਿਵੇਂ ਨਿਭੇ ਨਾਨਾ ਦੀਨ ਬਚਾਈਆਂ ਹਿਜ਼ਿਆਂ ਦਾ ਦਾਗ ਮਿਟਾਈਆਂ ਨਾਨਾ ਕੋਈ ਹੋਰ ਸ਼ਾਮ ਹੋਵੇ ਤੇ ਤੇਰੀ ਦੀ ਯਾਦ ਨਾਨਾ ਪੁੱਛਦਾ ਰਿਹਾ ਦੁੱਖ ਨਹੀਂ ਦੱਸੇ ਫਿਰਾ ਹਸਨ ਦੀ ਕਬਰ ਤੇ ਆਈਏ ਨਹੀਂ ਦੁੱਖ ਦੱਸੇ ਇਤਨਾ ਆਖਿਆ ਸਾ ਹਸਨ ਤੂੰ ਅਮੀਰ ਏ ਵਾਕਈ ਹੁਸੈਨ ਗਰੀਬ ਏ ਕਬਰ ਚ ਆਵਾਜ਼ ਏ ਕਿਵੇਂ ਫਰਮਾਇਆ ਤੂੰ ਅਮੀਰ ਏ ਨਾ ਤੇਰਾ ਇੱਕ ਕਫਨ ਗੁਲਾਬੀ ਹੋਈ ਅਸੀਂ ਦੂਸਰਾ ਪਵਾਇਆ ਮੈਨੂੰ ਭਿਰਾ ਦੀ ਗੁਰਬਤ ਦੀ ਕਸਮ ਏ ਹਸਨ ਹੁਸੈਨ ਉਹ ਗਰੀਬ ਏ ਜਿਹਦੇ ਤਨ ਤੇ ਅੱਜ ਵੀ ਕਫਨ ਮੈਂ ਤੇ ਸਮਝਿਆ ਤੁਸੀਂ ਥੱਕੇ ਪਏ ਉਸ ਯਾਰ ਦੀ ਜ਼ਿੰਦਗੀ ਕਬਰ ਨੂੰ ਹਾਰ ਨਾਲ ਲਾ ਕੇ ਵੇਦੇ ਅੰਮਾ ਦਾ ਹੈਰਾਜ ਹੈ ਨਾ ਬੁੱਝੜ ਕੇ ਵਾਲੇ ਮੇਰਾ ਪੁੱਤਰ ਦੁੱਖ ਸੁਣਾ ਕਬਰ ਤੇ ਹੱਥ ਰੱਖ ਕੇ ਵੇਦੀ ਅੰਮਾ ਦੁੱਖ ਕਿੱਥੋਂ ਸੁਣਾਵਾਂ ਤੂੰ ਮੁਹੰਮਦ ਦੀ ਧੀ ਏ ਮੈਂ ਅਲੀ ਦੀ ਧੀ ਆ ਅਮਾ ਤੂੰ ਵੀ ਦੀਨ ਦੀ ਬਕਾ ਵਾਸਤੇ ਦਰਬਾਰ ਗਈ ਹੈ ਮੈਂ ਵੀ ਗਈ ਹਾਂ ਅਮਾ ਫਰਕ ਬੜਾ ਹੈ ਤੂੰ ਸਹਾਬੀਆਂ ਦੇ ਦਰਬਾਰ ਗਈ ਹੈ ਮੈਂ ਸਹਾਬੀਆਂ ਤੂੰ 3 ਘੰਟੇ ਖਲੋਤੀ ਹੈ ਮੈਂ 9 ਘੰਟੇ ਖਲੋਤੀ ਹਾਂ ਅਮਾ ਤੇਰੇ ਕੋਲ ਬੰਦੇ ਗਵਾਹ ਮੰਗਦੇ ਹਨ ਮੈਂ ਖੁਤਬਾ ਪੜਿਆ ਬੰਦੇ ਇੱਕ ਦੂਜੇ ਦਾ ਮੁੰਡ ਹਿਲਾ ਕੇ ਪੁੱਛ ਲੈਣ ਅਲੀ ਕਿੱਥੇ ਪਿਆ ਬੋਲਦਾ ਮੇਰਾ ਪੁੱਤਰ ਮੈਂ ਦੁੱਖ ਸੁਣਾ ਅਮਾ ਸਾਰੇ ਦੁੱਖ ਮੈਂ ਤੈਨੂੰ ਸੁਣਾ ਲੈਂ ਅਮਾ ਮੈਂ ਸਾਰੇ ਦੁੱਖ ਛੁਪਾ ਕੇ ਮੈਂ ਸਿਰਫ ਤੇਰੀ ਕਬਰ ਤੇ ਆਈ ਹਾਂ ਅਮਾ ਦੁੱਖ ਮੇਰੇ ਇਤਨੇ ਨੇ ਜ਼ਾਕਿਰ ਪੜ੍ਹਦੇ ਪੜ੍ਹਦੇ ਮਰ ਵੈਸਾ ਅਮਾ ਮੇਰੇ ਦੁੱਖ ਨਹੀਂ ਮੁੱਕਣੇ ਲੇਕਿਨ ਇੱਕ ਨਵੇਕਲਾ ਦੁੱਖ ਹੈ ਅਮਾ ਜਿਹੜਾ ਤੈਨੂੰ ਸੁਣਾਉਣਾ ਕਬਰੇ ਜ਼ਹਰਾ ਨੂੰ ਜ਼ਲਜ਼ਲਾ ਬੇਟਾ ਕਿਹੜਾ ਦੁੱਖ ਫਰਮਾਇਆ ਨਹੀਂ ਅਮਾ ਇਹ ਨਹੀਂ ਅਮਾ ਕਬਰ ਚ ਬਾਹਰ ਕਬਰ ਮੁਹੰਮਦ ਦੀ ਧੀ ਦੀ ਸ਼ੱਕ ਹੋਈ ਹੈ ਧੀਆਂ ਮਾਵਾਂ ਗੱਲ ਲੱਗੀਆਂ ਜਿਹੜੇ ਧੀਆਂ ਦੇ ਬੈਠੇ ਹੋ ਇਹ ਜੁਮਲੇ ਦੇ ਦਰਦ ਨੂੰ ਸਮਝਣਾ ਮਾਂ ਦੇ ਗੱਲ ਲੱਗੀ ਹੈ ਮੇਰਾ ਪੁੱਤਰ ਦੁੱਖ ਸੁਣਾਉਣਾ ਅਮਾ ਮੈਂ ਭਰਾ ਨੂੰ ਨਹੀਂ ਦੱਸਿਆ ਮੈਂ ਨਾਨੇ ਨੂੰ ਨਹੀਂ ਦੱਸਿਆ ਅਮਾ ਮੈਂ ਇੱਕ ਦੁੱਖ ਛੁਪਾ ਕੇ ਤੇਰੇ ਵਾਸਤੇ ਲੈ ਆਇਆ ਮੇਰਾ ਪੁੱਤਰ ਸੁਣਾ ਕਿਹੜਾ ਦੁੱਖ ਹੈ ਰੋ ਕੇ ਅਮਾ ਇਹ ਦੁੱਖ ਨਾ ਭੁੱਲ ਸੀ ਅੱਬਾਸ ਦਾ ਕਾਤਲ ਸਾਡੇ ਖੈਮੇ ਵਿੱਚ ਬਹੁਤੇ ਕਿਨਗੇ ਗਾਦੇ ਵੱਲ ਵੱਲ ਕੇ ਮੈਥੋਂ ਤਨਸੀਆ ਸਦਕੇ ਜਵਾਨੀਆਂ ਮਾਣੋ ਲੇਕਿਨ ਚਲੋ ਜੁਮਲਾ ਮੈਂ ਪੜ੍ਹਾਂ ਫਿਰ ਮੇਰੀ ਸਹਿਣ ਦਾ ਕਿਆਮ ਸ਼ਾਮ ਚ ਰਿਹਾਈ ਦੇ ਬਾਅਦ ਮਦੀਨੇ 5 ਸਾਲ ਜਿਹੜੀ ਮੈਂ ਮਾਲੂਮਾਤ ਕਰ ਸਕਿਆ ਕੋਈ ਮੇਰੀ ਬਾਤ ਆਖਰੀ ਬਾਤ ਨਹੀਂ ਕੋਈ ਮੇਰੀ ਤਹਿਕੀਕ ਆਖਰੀ ਤਹਿਕੀਕ ਨਹੀਂ ਹੋ ਸਕਦਾ ਹੈ ਇਸ ਤੋਂ ਅੱਛੀ ਕਿਸੇ ਕੋਲ ਤਹਿਕੀਕ ਹੋਵੇ ਜਿਹੜੀ ਅੱਜ ਤੱਕ ਮੈਂ ਮਾਲੂਮਾਤ ਕਰ ਸਕਿਆ ਬੀਬੀ ਪਾਕ ਰਿਹਾਈ ਦੇ ਬਾਅਦ ਮਦੀਨੇ 5 ਸਾਲ ਰਹੀ ਇਹਨਾਂ 5 ਸਾਲਾਂ 'ਚ ਮੈਂ ਕੋਸ਼ਿਸ਼ ਕੀਤੀ ਹੈ ਅਲੀ ਦੀਆਂ ਧੀਆਂ ਦੀ ਮਸਰੂਫੀਅਤ ਵੇਖਾਂ ਜਿਹੜੀਆਂ ਕਿਤਾਬਾਂ 'ਚ ਮੈਂ ਰਵਾਇਤ ਪੜ੍ਹੀ ਮੇਰਾ ਸੁਣੀ ਭਾਈ ਕੋ ਬੈਠੇ ਤੇ ਤਵੱਜੋ ਕਰੇ ਯਾ ਅਲੀ ਦੀ ਮੇਰੀ ਇੱਜ਼ਤ ਦੀ ਕਸਮ ਹੈ ਇਹ ਗੱਲ ਲੱਭਦੀ ਹੈ 5 ਸਾਲ ਅਲੀ ਦੀਆਂ ਧੀਆਂ ਸਿਰਫ 2 ਕੰਮ ਕਰਦੀਆਂ ਯਾ ਨਮਾਜ਼ ਵਾਜਬਾ ਵਾਸਤੇ ਮੁਸੱਲੇ ਤੇ ਯਾ ਗਰੀਬ ਨੂੰ ਰੋਣ ਵਾਸਤੇ ਮਿੱਟੀਆਂ ਤੇ ਇੱਕ ਵੈਨ ਜ਼ਿਆਦਾ ਕਰਦੀ ਹੈ ਮਿੱਟੀ ਤੇ ਹੱਥ ਮਾਰ ਕੇ ਆਉਂਦੀ ਵੀਰ ਨਾਰਾਜ਼ ਨਾ ਹੋਈ ਜਿਹੜਾ ਹੱਕ ਆਈ ਤੈ ਗਰੀਬ ਨੂੰ ਰੋਣ ਦਾ ਜ਼ੈਨਬ ਅਦਾ ਨਹੀਂ ਕਰ ਸਕੀ ਹੁਸੈਨ ਕੋਈ ਰੋਣ ਦੇਵੇ ਮਿਹਨਤ ਦੀਆਂ ਕਬਰਾਂ ਮਿਲੋ ਬਜ਼ੁਰਗ ਜ਼ਾਕਰ ਜੁਮਲਾ ਪੜ੍ਹਦੇ ਹਨ ਕਿ 5 ਸਾਲ ਸਈਦਾਂ ਦੇ ਘਰ 'ਚ ਖਾਣਾ ਨਹੀਂ ਪੱਕਾ
ਜਾਂ ਜਾ ਤੁਸਾਂ ਵੀ ਸੁਣਿਆ ਸੀ ਧੂੰ ਨਿਕਲਦਾ ਨਹੀਂ ਵੇਖਿਆ, ਯਾਨੀ ਖਾਣਾ ਨਹੀਂ ਪੱਕਾ। ਹਾਂ ਇਹ ਖਾਣਾ ਪੱਕਾ, ਉਹ ਮੈਂ ਦੱਸ ਦਿੰਦਾ, ਕੋਈ ਸੁਣੀ ਬਾਈ ਬਾਅਦ ਵਿੱਚ ਇਤਰਾਜ਼ ਨਾ ਕਰੇ। ਸ਼ੀਆਂ ਦਾ ਜ਼ਾਕਿਰ ਗਲਤ ਪੜ ਗਿਆ, 5 ਸਾਲਾਂ 'ਚ ਇਹ ਖਾਣਾ ਪੱਕਿਆ ਵੀ ਹੈ। ਪਕਾਉਣ ਵਾਲੀਆਂ ਅਲੀ ਦੀਆਂ ਧੀਆਂ ਨੇ ਖਾਣਾ ਲਾ ਅਲੀ ਅਕਬਰ ਦਾ ਘਰ ਦਾ, ਥੋੜ੍ਹਿਆਂ ਬੰਦਿਆਂ ਆਏ ਕੀਤੀ, ਥੋੜ੍ਹਿਆਂ ਬੰਦਿਆਂ ਆਏ ਕੀਤੀ। ਅੱਛਾ ਜਿਹੜੇ ਨਹੀਂ ਸਮਝੇ, ਮੈਂ ਜੁਮਲੇ ਨੂੰ 2 ਮਿੰਟ ਦਿਆਂ ਅਦਾ ਕਰਾਂ। ਇਹ ਖੁਦਾ ਲਾਨਤ ਕਰੇ ਹਸੀਨ ਬਿਨ ਨਮੀਰ ਤੇ, ਸ਼ਾਹਜ਼ਾਦੇ ਅਲੀ ਅਕਬਰ ਦਾ ਕਾਤਲ। ਇਹ ਕੁੱਤਾ ਹਰਾਮਜ਼ਾਦਾ ਭੱਜਦਾ ਹੋਇਆ, ਡਰਦਾ ਹੋਇਆ, ਛੁੱਪਦਾ ਹੋਇਆ, ਮੁੰਡਾਸਾ ਮਾਰਿਆ, ਇਸਦੀਆਂ ਸਿਰਫ ਅੱਖਾਂ ਨਜ਼ਰ ਆ ਰਹੀਆਂ, ਬਾਕੀ ਮੂੰਹ ਕੱਪੜੇ ਨਾਲ ਇਸ ਲਪੇਟੇ। ਉਸਨੂੰ ਨਹੀਂ ਪਤਾ ਅਲੀ ਜ਼ੈਨੁਲ ਆਬਦੀਨ ਦੀ ਰਿਹਾਇਸ਼, ਦਸਤਕ ਦਿੱਤੀ ਪਨਾਹ ਲੈਣ ਵਾਸਤੇ। ਮੇਰੇ ਇਮਾਮ ਦੀ ਨਿਗਾਹ ਪਈ, ਇਹ ਡਰ ਗਿਆ, ਘਬਰਾ ਗਿਆ, ਨਾ ਪਿੱਛੇ ਮੁੜਨ ਜੋ ਹੈ, ਨਾ ਬੋਲਣ ਜੋ, ਨਾ ਚੁੱਪ ਲੈਣ ਜੋ। ਮੇਰੇ ਇਮਾਮ ਫਰਮਾਉਂਦੇ ਨੇ, ਘਬਰਾ ਨਹੀਂ, ਭੁੱਖ ਹੈ ਤੇ ਖਾਣਾ ਖਵਾਵਾਂ, ਪੱਸਾਂ ਤੇ ਪਾਣੀ ਪਿਵਾਵਾਂ। ਇਸ ਨੂੰ ਪੱਕ ਹੋ ਗਿਆ ਕਿ ਇਸ ਮੈਨੂੰ ਪਹਿਚਾਣਿਆ ਨਹੀਂ, ਯਾਨੀ ਕਿ ਫਿਤਰਤ ਇਨਸਾਨੀ ਤੋਂ ਬਾਲਾ ਤਾਰੇ ਮੇਰਾ ਦੇ ਕਾਤਲ ਨੂੰ ਪਾਣੀ ਪਾਣੀ ਪੁੱਛਣਾ। ਇਸ ਨੂੰ ਬਲੀਵ ਹੋ ਗਿਆ, ਮੈਨੂੰ ਨਹੀਂ ਪਹਿਚਾਣਿਆ। ਉਸ ਆਖਿਆ ਜੀ ਅਜੀ ਮੈਂ ਭੁੱਖਾਂ ਦੱਸਾਂ। ਇਮਾਮ ਫਰਮਾਇਆ ਮਹਿਮਾਨ ਖਾਨੇ 'ਚ ਬੈਠ ਮੈਂ ਜਾਣਾ। ਹੁਣ ਜਿਹੜੇ ਬੰਦੇ ਕਦੀਮੇ ਅਜ਼ਾਦਾਰ ਹੋ ਤੁਸੀਂ ਸੁਣਕੇ ਨਹੀਂ ਸਮਝੋ, ਇਹ ਇਮਾਮ ਦਾ ਘਰ ਹੈ ਨਾ, ਇਮਾਮ ਦੇ ਵਿਹੜੇ ਨਾਲ ਛਬੀ ਦਿੱਤੀ ਜਾ ਸਕਦੀ ਹੈ। ਮੇਰੇ ਇਮਾਮ ਮਹਿਮਾਨ ਖਾਨੇ 'ਚੋਂ ਉੱਥੇ ਆਏ ਜਿੱਥੇ ਬਤੂਲ ਦੀਆਂ ਨੂੰਹਾਂ ਦੀਆਂ ਮਿੱਠੀਆਂ ਦੇਵਾਂ ਸੈਂਟਰ ਹੀ ਚਾਰ ਕੇ ਅਲੀ ਜ਼ੈਨੁਲ ਆਬਦੀਨ ਖਲੋਤੇ ਨੇ, ਖੂਨ ਦੇ ਸਮੁੰਦਰ ਜਾਰੀ ਨੇ, ਇੱਕ ਇੱਕ ਬੀਬੀ ਦਾ ਚਿਹਰਾ ਵੇਖਦੇ ਨੇ। ਮੈਂ ਕਿਸ ਨੂੰ ਆਖਾਂ, ਮੈਂ ਖਾਣਾ ਬਣਾ ਸਜਾ ਦੀ ਰੱਤ ਬੱਦੀ ਗਈ ਹੈ, ਅਲੀ ਦੀ ਰੁੰਡੀ ਹੋਈ ਨੀ ਮਿੱਟੀ ਕੋਠੀ, ਪੁੱਤਰ ਦੇ ਮੁੰਡੇ ਤੇ ਖਤਰਾ, ਕਦੀ ਰੁੰਡਾ ਕਿਉਂ ਕਹਿਣ ਦਾ ਸੀ, ਮੈਂ ਜੋ ਦਿੰਦਾ ਮੈਂ ਸਦਕੇ। ਮੈਂ ਹੈਰਾਨ ਹਾਂ, ਮੈਂ ਜੁਮਲਾ ਕਿਵੇਂ ਪੜ ਸਕਦਾ, ਤੁਸੀਂ ਬਰਦਾਸ਼ਤ ਕਿਵੇਂ ਕਰ ਸਕੋ। ਮੇਰੀ ਸੈਰ ਪਾ ਕੇ ਨਾ ਪੁੱਤਰ ਦੇ ਮੁੰਡੇ ਦੇ ਹਮੇ ਦਾ ਸਜਾਦ ਕਿਉਂ ਰੁਣਾ, ਕੋਈ ਹੋਰ ਸ਼ਾਮ ਹੈ ਤੇ ਪੁੱਤਰ ਕਿਉਂ ਰੁਣਾ, ਮੈਨੂੰ ਦੱਸ ਨਾ। ਅੰਮਾ ਮਹਿਮਾਨ ਆਇਆ, ਮੇਰੀ ਸਹਿਨਾਤੀ ਤੇ ਪਿਓ ਦੱਸ ਦਿਓ ਸਾਡੇ ਵੱਲ ਮਹਿਮਾਨ ਆਉਂਦਾ ਕੀ ਮੰਗਦਾ ਹੈ। ਅੰਮਾ ਮੈਂ ਖਾਣਾ ਖਾਣਾ ਮੱਥਾ ਚੁੰਮ ਕੇ ਆਦੀ, ਮੈਂ ਸਦਕੇ ਮੈਂ ਪਕਾ ਦਿੰਦੀ ਹਾਂ ਨਾ, ਮੇਰਾ ਰੋਤ ਹੋਰ ਵੱਧ ਪਈ ਹੈ, ਸਜਾ ਤੇ ਸਬਰ ਦੇ ਬਣ ਟੁੱਟ ਗਏ। ਮੇਰੀ ਸੈਨਾ ਦੀ ਇਹ ਮਹਿਮਾਨ ਹੈ ਕੌਣ, ਤੇਰੀਆਂ ਅੱਖਾਂ ਮੈਂ ਦੱਸਦੀਆਂ ਨੇ ਮਹਿਮਾਨ ਕੌਣ ਹੈ। ਥੱਲੇ ਮੋਹ ਕਰਕੇ ਤੇ ਅੰਮਾ ਅਲੀ ਅਕਬਰ ਦੇ ਕਾਤਲ ਹੈ, ਕਿਹੜਾ ਬੰਦਾ ਜਿਹੜਾ ਮਾਤਮ ਨਾ ਕਰੇ। ਉੱਥੋਂ ਉੱਠੀ ਹੈ ਅਲੀ ਦੀ ਨੂਹ ਲੈਲਾ, ਅਲੀ ਅਕਬਰ ਦੀ ਸੱਕੀ ਮਾਂ ਆਲੀਆ ਦੇ ਕਦਮਾਂ ਤੇ ਹੱਥ ਰੱਖ ਕੇ ਆਦੀ, ਆਖੋ ਕਿ ਅੱਜ ਖਾਣਾ ਮੈਂ ਪਕਾ। ਪਾਣੀ ਦਿੱਤਾ, ਮੇਰੀ ਸੈਨ ਪਾਕ ਨੇ ਨਾ ਅਲੀ ਜ਼ੈਨੁਲ ਆਬਦੀਨ ਦੇ ਹੱਥਾਂ ਤੇ ਜਾਮ ਪਾਣੀ ਦਾ ਰੱਖਿਆ। ਫਿਰ ਮੈਂ ਸਜਾਦ ਲੈ ਉਸਨੂੰ ਪਿਵਾ, ਜਿਸਲੇ ਪੀ ਚੁੱਕੇ ਨਾ ਤੇ ਮੈਂ ਮਾਂ ਹਾਂ, ਮੇਰੀ ਤਰਫ ਇੱਕ ਸਵਾਲ ਅੰਮਾ ਕੇ ਪੁੱਛਾਂ। ਫਿਰ ਮੈਂ ਉਸਨੂੰ ਪੁੱਛੀ, ਪਾਣੀ ਪੀ ਬੈਠੇ ਤੇ ਸਿਰਫ ਇਤਨਾ ਦੱਸ, ਜਿਸ ਨੂੰ ਮਾਰੇ ਉਹਦੀ ਮਾਂ ਵੀ ਪੁੱਛਦੀ ਆਈ, ਮੇਰੇ ਸੋਹਣੇ ਅਕਬਰ ਦਾ ਜ਼ੁਲਮ ਕਿਹਾ, ਮੇਰੇ ਸੋਹਣੇ ਬੱਜੜੇ ਨੂੰ ਤੂੰ ਏਡੀ ਬਰਛੀ ਨਾਲ ਸਦਕੇ ਆਉਂ ਬਾ ਖੁਦਾ, ਮੇਰੀ ਸੋਚ ਤੋਂ ਸੋਹਣਾ ਰੁਮੇ ਹੋ, ਮੇਰੀ ਤਵੱਕੋ ਤੋਂ ਸੋਹਣਿਆ ਸੁਣੇ। ਖੈਰਾਤ ਮੈਂ ਵੀ ਪਿੰਸਾਂ, ਤੁਸੀਂ ਆਪੋ ਆਪਣੀ ਪਿੰਸੋ, ਕੋਸ਼ਿਸ਼ ਮੈਂ ਕਰਸਾਂ, ਮੈਂ ਜ਼ਾਕਿਰ ਬਣ ਕੇ ਨਹੀਂ ਮੁਕਾਣੀ ਬਣ ਕੇ। ਇੱਕ ਜੁਮਲਾ ਵਹਿਣ ਸੁਣੋ, ਮਿੰਬਰ ਮੈਂ ਛੋੜ ਦੇਵਾਂ। ਭਾਈਆਂ ਦਾ ਇਤਮਾਮ ਕਬੂਲ ਹੋਏ, 5 ਸਾਲ ਦੇ ਬਾਅਦ ਕਾਫਲੇ ਤਿਆਰੀ ਕੀਤੀ ਹੈ। ਸ਼ਾਮ ਦੁਬਾਰਾ ਅਲੀ ਦੀ ਦੀਦੀ ਸ਼ਹਾਦਤ ਹੋਈ। ਹਾਂ ਮਦੀਨਾ ਛੋੜਨ ਦੀ ਵਜੂਹਾਤ ਕੀ ਨੇ, ਮੈਂ ਮਾਲੂਮਾਤ ਜਨਾਬ ਤੱਕ ਪਹੁੰਚਾ ਦਿਆਂ। ਮੇਰੀ ਤਵੱਕੋ ਤੋਂ ਸੋਹਣਾ ਰੋ ਬੈਠੇ ਹੋ। ਇੱਕ ਰਵਾਇਤ ਹੈ ਕਿ ਕਹਿਤ ਪੈ ਗਿਆ ਹੀ ਮਦੀਨੇ, ਜਨਾਬ ਅਬਦੁੱਲਾ ਬਿਨ ਜਾਫਰ ਤਿਆਰ ਬਕੀਆ ਖਾਨਦਾਨ ਵਾਲੇ ਮੁਹੰਮਦ ਨੂੰ ਇਕੱਠਿਆਂ ਕਰਕੇ ਸ਼ਾਮ ਚਲੇ ਗਏ।
لیکن میری ذاکری اس بات نو قبول نہیں کیتا. میں دلیل دے دینا اس دی وجہ اے کہ قحط دا اثر انہاں تے ہوندا اے جنہاں کچھ کھانا پینا تے جنہاں دے گھر وچ 5 سال پکے ہی نہیں. پھر وجہ کی ہے مدینہ چھوڑن دی, اوہ وجہ ہے کہ سیدزادیاں نماز واجبہ تو فارغ ہو کے پھوڑی تے باندھیاں مدینے دیاں عورتاں اکیلی دی دھی کول بیٹھ جاندیاں. سیدزادی مصحف پڑھ دی آئی ساڈے نال, اے واقعہ ہویا میرا اکبر انج لتھا, میرا سونا عباس انج لتھا, میرے حسین دی کن تے بہ کے شمر ضربہ مارتا رہا, میں 70 قدم تے کھلو کے وی دی رہی, میری کروڑ مجال, میری لکھ مجال. دیونے والا میں امام حسین دا بہت چھوٹا ذاکر ہاں, میں پڑھ رہا 1400 سال بعد تے تسی رو رہے ہو, تے جے پڑھن والی علی دی دھی ہو کتنا اثر اسی زبان پا کے. وہ پھر عورتوں مسائب سن کے روندیاں اٹھ جاندیاں, اپنے گھریں جا کے روندیاں, بازیاں گھریں چ رات دا کھانا نہیں پکدا, مرد آتے ہیں بچے رو رہے ہیں کھانا پکاؤ, کیوں اتنا روندیاں روندیاں تے اپنے مردوں نال جھگڑا کر کے مدینے دی عورت آ دیاں, تسی نہیں ویکھیا اسی ویکھ آئیاں, انج مارے مسلمان علی دی گدیاں سیدزادیاں نہ اٹھن جوئیاں نہیں. پھر بین بلند ہو گئے سیدزادی دے تبلیغ اور مسائب دا اثر اتنا ہی, گھر گھر ہائے حسین دیاں صداواں بلند, شام والے نوں اطلاع ملی, انہاں نوں پک ہو گیا کہ حسین دے خون دا بدلہ لینے واسطے اے مدینے دے لوگ تیار ہوئے سن. انہاں کے لیے زین العابدین نوں قید کیتا ہے. مختصر واقعہ ایک وین سنو, سجاد دے ہتھاں وچ کڑیاں ویکھ کے مسافر شام تیار شروع کیتی, کروڑ سلام فضا تیری عظمت, لکھاں سلام موسم سادات تیری عظمت, جناب فضا نال تیار ہوئی. یہ مختصر قافلہ شام دے باروں اتھے پہنچے ہیں جتھے اج بی بی پاک دی مزار ہے. جدن دی میں گل کر رہا ہوں ادھر جنگل بھی آباد ہے. اج تسی جا کے ویکھو نا علی دی دھی دا سونا شہر آباد, قسم خدا دی علی دی دھی دا قبضہ ہے ملک شام تے, شہر عباس دا علم لا کے بیٹھی اتھے. جسے قافلہ پہنچے اتھے درخت آن, میری سینڈی ساوری زر خرید جاگی رہی شام دے باہر, اتھے قافلے قیام کیتا ہے تے علی دی دھی رو کے دی اممہ فضا اینا درخت مال میرے حسین دی سار دی سام دا رہی, اور جدر پہلی باری شام ہے اممہ بیکو درخت ہے رون دی ہوئی فضا واپس آئیے, دھی علی دی تیرا حسین واقعی زندہ ہے, خون حسین دی خوشبو نال باغ معطر ہے, پرندے ویکھ آئیاں خون حسین دے قطرے لے کے, کچھ مرد کچھ پرواہ نہ کر, سکھ دی ودی ہے بھرا نوں رومن واسطے. اما فضا میں سہارا دے, میں بھرا دا زندہ معجزہ ویکھاں, وین میں 2 یا 3 کرساں, لیکن وین کرن تو پہلے ایک گل, پردے چ بیٹھی ہوئی ماواں بہناں دیاں نال وہ زیادہ سمجھ سن, جس بہن دا بھرا مر جلا نہ کرے کسے بہن دا بے موسم بھرا نہ مرے, لیکن پھر بہناں تھکدیاں نہیں, پورے پنڈ دیاں وی عورتاں مکانی بن کے آواں, ایک ایک عورت نوں اٹھ اٹھ کے گل لاندیاں, شکر کردیاں نے میرے رہن دا بہانہ, انہاں دا شکریہ ادا کردیاں جدا ایک مار دے او نہیں تھکدی, دیونے والے دے تے ایک گھنٹے چ 9 مارے گئے. سکھ دی ودی آئی علی دی دھی ٹر دی ہوئی باغی چاہیے, ترے بہن کیتے نلی دی دھی دی شہادت ہو گئی, ممبر دی قسم ہے تگر نامی درخت ہے جدی ٹانیاں چو خون حسین دے قطرے جا رہی ہیں, ٹانی نہیں مکانی سمجھ کے ہاں نہ لائے, علی دی دھی ٹانی نو ہاں نہ لا کے اچھا وین کر کے دیے حسین پکھی مر گئے زینب عجب دی, دوجہ وین کر کے دیے وے حسین مانگ دعا میں دو جیواری, تیرے قاتلہ دے دربار پیشی دے قابل کوئی نہیں, مانگ دعا تیری بھیڑ دی زندگی مک جائے, تریجہ وین پہ کر دیا علی دی دھی دی شہادت ہے. سیدہ ذاکر میں امام دی طرف ہوں, میں ظالم دی طرف ہوں, ذاکر نہیں روایت بھی میں پڑھنی ہے, کنائے نال بھی گزرنا ہے, ماتمی کوئی برداشت نہ کرے, ذکر دی قسم ہے بزرگ ذاکر جملہ پڑھ دیں, زبیر نامیو کتا حرام زادہ ہے جڑا زمین تے مزیرہ ہے, مزیرہ نہیں کعبہ دی علی دی دھی دی جاگیر تے, جے دین میں آدھے معاف کرو تے ایک اشارہ کرائیں دے ہتھ چ بیل چائن پتہ لگے مدین مز زمین تے وارس آ گئے, کتے دا پتر اس سے پاسے دوڑے جتھے 18 بھیراواں دی بے وارس بہن بہن پہ کر دی آئے, جے جملہ میں بدلا محمد دی دھی سمجھ کے سامنے نہیں آیا کانڈا لے پاسو آیا ہے, لائنہ وین پہ کر دی آئے, اجرے رسالت دے ہتھے چاہیے اجر بھی نہ سمجھو
ਦਾ ਬਦਲ ਆਏ ਇਸ ਦੁਆ ਹੱਥਾਂ ਨਾਲ ਜਾ ਕੇ ਉੱਥੇ ਆਏ ਜਿੱਥੇ ਆਲੀਆ ਦੇ ਵੈਰ ਬੁਲਾਉਂਦਾ ਦੁਆ ਹੱਥਾਂ ਦੇ ਨਾਲ ਅਜਰੇ ਰਿਸਾਲਤ ਮੁਹੰਮਦ ਦੀ ਦੇ ਸਰ ਤੇ ਰੱਖਿਆ ਜ਼ੈਨਬ ਦੇ ਹੱਥ ਛੁੱਟ ਗਏ ਫਿੱਲਾ ਨਬਲਾ ਦੇ ਹੱਥ ਰੱਖਿਆ ਇਨਾ ਦਿਲਾ ਜ਼ਮੀਨ ਪਥਰੀਲੀ ਜ਼ਮੀਨ ਜਿਹੜੇ ਜ਼ਾਹਿਰ ਨੁਕੀਲੇ ਪੱਥਰਾਂ ਵਾਲੀ ਜ਼ਮੀਨ ਪਲੰਗ ਨਹੀਂ ਚਾਰ ਪਾਈ ਅਮੀਰੁਲ ਮੋਮਿਨੀਨ ਦੀ ਧੀ ਆਈ 18 ਫਿਰਾਵਾਂ ਦੀ ਬਹਿਣ ਆਈ ਅਰਸ਼ ਦੀ ਵਸਦੀ ਸ਼ਹਜ਼ਾਦੀ ਆਈ ਬਲੋ ਵੇ ਫਿਜ਼ਾਦਾ ਫਿਜ਼ਾ ਅਲੀ ਦੀ ਧੀ ਨੂੰ ਨਾ ਪੱਥਰਾਂ ਤੇ ਸਮਾਇਆ ਆਪਣੇ ਸਰ ਦੀ ਚਾਦਰ ਲਾ ਕੇ ਆਈ ਉੱਥੇ ਦਿੱਤੀ ਵਾਲ ਖੋਲ ਕੇ ਉੱਥੇ ਆਈਏ ਜਿੱਥੇ ਪਿਓ ਪੁੱਤਰ ਫਿਰਾਉਂਦੇ ਹਨ ਸੱਜਾਦ ਦੀ ਨਿਗਾਹ ਪਈ ਰਾਤ ਰੋ ਕਹਿੰਦੇ ਦਾਦੀ ਮੇਰੀ ਅੰਮਾ ਕਿਣ ਗਈ ਤੂੰ ਸਵਾਲ ਕਿਉਂ ਖੋਲੇ ਹੋਏ ਮੋਹ ਤੇ ਮਾਤਮ ਕਰ ਕੇ ਆਦੀ ਸੱਜਾਦ ਬਾਕੇ ਨੂੰ ਉਠਾ ਜਲਦੀ ਆ ਸਫ਼ਰਾਂ ਸਾਰੀ ਜ਼ਿੰਦਗੀ ਜ਼ਾਕਰੀ ਕਰਾਂ ਜ਼ਾਕਰੀ ਇੱਕ ਪਾਸੇ ਮੇਰੇ ਇਮਾਮ ਦਾ ਵਹਿਣ ਇੱਕ ਪਾਸੇ ਸੱਜਾਦ ਆਲੀਆ ਦਾ ਜ਼ਖਮੀ ਸਰ ਹੱਥਾਂ ਤੇ ਚਾਇਆ ਆਸਮਾਨ ਨਾਲ ਮੋਹ ਕਰਕੇ ਉੱਚਾ ਰੋ ਕੇ ਪਿਆ ਦਿਨ ਮੇਰਾ ਅੱਲਾ ਸਜਾਦ ਅੱਜ ਯਤੀਮ ਹੋਇਆ ਇਹੋ ਮੇਰੀ ਮਾਈ ਇਹੋ ਮੇਰਾ ਬਾਬਾ ਮੁਖਾਰਤ ਸ਼ਰਤ ਨਹੀਂ ਬਕਾਇਦੀ ਨੇ ਮੁਸਤਫਾ ਹੁਣ ਮੈਂ ਕਿਤਨੇ ਕਨਾਏ ਕਰਾਂ ਕਿਤਨੇ ਪਰਦੇ ਪਾਵਾਂ ਜੰਗਲ ਵੀ ਆਬਾਦ ਆਏ ਲੱਕੜੀਆਂ ਦਾ ਨੂਰ ਮਹੱਲਾ ਖਾਂ ਯਾਦਤ ਹੀਰ ਦੇ ਪਰਦੇ ਆ ਪਰਦੇ ਲਾਗੇ ਕੋਈ ਸੁਣੀ ਭਾਈ ਬੈਠਾ ਤੇ ਮੇਰੀ ਗੱਲ ਦਾ ਜਵਾਬ ਦੇ ਘਰ ਜਾ ਕੇ ਸੋਚੇ ਕਿਹੜਾ ਘਰ ਹੈ ਜਿੱਥੇ ਮੌਤ ਨਹੀਂ ਕਜ਼ੀਆ ਹਰ ਘਰ ਹੈ ਜਿੱਥੇ ਕੋਈ ਮਰਗ ਹੋ ਜਾਏ ਮਰਨ ਵਾਲਾ ਮਰਦ ਹੋਵੇ ਪਾਣੀ ਮਰਦੇ ਦਿਨ ਗੁਸਲ ਮਰਦੇ ਦਿਨ ਬੋਲੋ ਮੇਰੇ ਨਾਲ ਅਗਰ ਕਲੀਆ ਮਸਤੂਰ ਦਾ ਹੋਵੇ ਦੇਵਨੇ ਵਾਲਿਆ ਪਾਣੀ ਔਰਤਾਂ ਦੇਦੀਆਂ ਗੁਸਲ ਔਰਤਾਂ ਦੇਦੀਆਂ 1400 ਸਾਲ ਦੇ ਬਾਅਦ ਗਰਮੀ ਦਾ ਮੌਸਮ ਹੈ ਸੀ ਮਿੱਟੀਆਂ ਤੇ ਕਿਉਂ ਪੈ ਰੋਂਦੇ ਆ ਫਿਰ ਦਾ ਗੁਸਲ ਦੇਦੀ ਰਹੀ ਹੈ ਪਿਓ ਤੇ ਪੁੱਤਰ ਦੂਰ ਪਾਣੀ ਭਰ ਕੇ ਲੈ ਆਉਂਦੇ ਆ ਪਰਦੇ ਦੇ ਕਰੀਬ ਆ ਗਿਆ ਦੇ ਦਾਦੀ ਮੈਂ ਸਜਾਦ ਦਾਦੀ ਹੱਥ ਵਧਾ ਮੈਂ ਬਾਕਰਾ ਗੁਸਲ ਮੁਕੰਮਲ ਹੋਇਆ ਜਿਹੜੇ ਬੰਦੇ ਸੋਚਦੇ ਪਏ ਹੋ ਹੁਣ ਜ਼ਰੂਰਤ ਆਈ ਕਫਨ ਦੀ ਸਾਡੇ ਮਾਸ਼ਰੇ ਦਾ ਕਾਨੂੰਨ ਹੈ ਧੀ ਅਮੀਰ ਦੀ ਮਰੇ ਗਰੀਬ ਦੀ ਮਰੇ ਧੀਆਂ ਜਿੱਥੇ ਮਰਨ ਕਫਨ ਪੇਕੇ ਪਵੇ ਨੇ ਮੈਂ ਆਪਣੀ ਅੱਖੀ ਵੇਖਿਆ ਬੰਦੇ ਫੋਨ ਕਰਦੇ ਨੇ ਜੀ ਜਲਦੀ ਨਾ ਕਰੇ ਅਸੀਂ ਕਫਨ ਲੈ ਕੇ ਆ ਰਹੇ ਮੈਂਬਰ ਦੀ ਕਸਮ ਹੈ ਪੰਜ ਵਾਰੀ ਫਿਜ਼ਾ ਪਰਦੇ ਚੋਂ ਹੱਥ ਬਾਹਰ ਕੱਢਿਆ ਸੱਜਾ ਹੱਥ ਮੈਂ ਕਫਨ ਦੇ ਗੈਰਤ ਦਾ ਸੁਲਤਾਨ ਜੰਗਲ ਚ ਕਦੀ ਮੂੰਹ ਦੇ ਬਾਹਰ ਖੜਦਾ ਹੈ ਕਦੀ ਉੱਠਦਾ ਹੈ ਕਦੀ ਮਦੀਨੇ ਨੂੰ ਕਰਦਾ ਹੈ ਕਦੀ ਕਰਬਲਾ ਵੇਦਾ ਹੈ ਕਦੀ ਨਜਫਲ ਵੇ ਕਦੇ ਦਾਦੀ ਜਿਹੜੀ ਕਿਤਾਬ ਦੀ ਰਵਾਇਤ ਹੋ ਰਹੀ ਮੈਂ ਨਹੀਂ ਪੜ੍ਹਨਾ ਚਾਹੁੰਦਾ ਤਾਬੂ ਤੇ ਸਕੀਨਾ ਅਰਸ਼ਾ ਤੂੰ ਨਾਜ਼ਲ ਅਲੀ ਦੀ ਧੀ ਦਾ ਸੋਹਣਾ ਮੈਯਤ ਸਜ ਗਿਆ ਖੱਟੀ ਖਟਾਈ ਕਬਰ ਮਿਲੀ ਇਹ ਜੁਮਲੇ ਵਾਸਤੇ ਮੈਂ ਮਿਹਨਤ ਕਰ ਆਇਆ ਦੇਵ ਨੇ ਆ ਲਿਆ ਫਿਜ਼ਾ ਰਵਾਇਤ ਕਰ ਦਿੱਤੇ ਪਹਿਲੀ ਵਾਰੀ ਸਜਾਦ ਉੱਚਾ ਰੁਣਾ ਅਜੀ ਮੈਂ ਭੱਜ ਪਈਆਂ ਮੈਂ ਕਿਹਾ ਹੁਣ ਕਿਉਂ ਰੋਣਾ ਹੁਸਨ ਵੀ ਹੋ ਗਏ ਕਫਨ ਵੀ ਹੋ ਗਏ ਜੰਨਤ ਚ ਖੱਟੀ ਖਟਾਈ ਕਬਰ ਵੀ ਮਿਲ ਗਈ ਜਾਂ ਤਾਂ ਬਹੁਤੇ ਸਕੀਨਾ ਵੀ ਨਾ ਦਲੇ ਹੁਣ ਕਿਉਂ ਰੋਣਾ ਫਰਮੈ ਦਾਦੀ ਮੈਂ ਗਰੀਬ ਹਾਂ ਕਿਵੇਂ ਗਰੀਬ ਹੈ ਫਰਮੈ ਕਾਇਨਾਤ ਤੇ ਨਿਗਾਹ ਜਿੱਥੇ ਮਰਗ ਹੋ ਜਾਏ ਚਾਰ ਬੰਦੇ ਮਈਆ ਚਾਹੁੰਦੇ ਚਾਰ ਨਾਲਾਂ ਤੇ ਵੱਧ ਦੋ ਮੈਂ ਕੇ ਕਰਾਂ ਬਾਕਰ ਦਾ ਕਦ ਛੋਟੇ ਤੁਸਾਂ ਲਈ ਫੋ ਹੁਸੈਨ ਦੇ ਪੁੱਤਰ ਦਾ ਮੱਥਾ ਫਿਜ਼ਾ ਚੁੰਮ ਕੇ ਦੀ ਰਾਤ ਨਾ ਰੋ ਅਗਲੇ ਪਾਵੇ ਪਿਓ ਪੁੱਤਰ ਚੋ ਪਿਛਲੇ ਮੈਂ ਆਪਣਿਆਂ ਬੁੱਢਿਆ ਤੇ ਚੈਨੀਆ ਦੇਵ ਰਿਆ ਦੇ ਤੂੰ ਫਿਜ਼ਾ ਪੈ ਛੁੱਟਦੀ ਹੈ ਜੋ ਤੂੰ ਅੱਲਾ ਦਾ ਹਰ ਖੱਦਾ ਦਾ ਪੈ ਹੌਲੇ ਹੌਲੇ ਆਵਾਜ਼ ਆਈ ਹੈ ਜਲਦੀ ਨਾ ਕਰ ਮੈਂ ਨਬੀਆਂ ਦਾ ਨਬੀ ਆ ਗਿਆ ਬੰਦੇ ਦੀਆਂ ਜ਼ੁਲਫਾਂ ਖੁੱਲੀਆਂ ਹੋਈਆਂ ਨੇ ਦੀ ਨਬੀਆਂ ਦਾ ਨਵੀਂ ਬੰਦਾ ਅਲੀ ਅਦਰ
بھائی نبی اللہ پہ آ پیا دین میری دھی آلیا دے منہ تو کفن ہٹا فضا دیئے میں نے کہا تھا نال کفن ہٹایا زخمی آلیا دے چہرے دے نبی دی نگاہ پئی نبی اللہ پہ آ میرے الویک سو این کر کے متھے دے ہاتھ رکھے میرا پتر اللہ دی طرف شکریہ میرا پتر میری طرف شکریہ دین سادہ بچے جنگل جوجر دھو گئی ہے اجے نانا تے نواسی پہ مل دے دو جا آواز آیا فضا جلدی نہ کرے میں حسن آ گیا اجے بھیڑ بھیڑا پہ مل دے تیسرا آواز آیا جلدی نہ کرو میں نجف روالی علی دیو نے آلیا علی دا نام آیا علی دی دھی دا میت اللہ لپے آیا میت چواز آیا ما فضا جلدی آ بابے دے آور تو پہلے میرا کفن میرے منہ تے کار فرمایا بابے پوچھنا ہے انکی دی رات میرے سامنے قرآن نہ پڑھ دیا میرا پتر میں نے اتنا نا سب پا جلا کھبے غیر دانا مجمع کھکی نہیں جو میرا دل جوڑا ہے میں بسم اللہ کرا آخری میں فرمایا بابے دیا ور تو پہلے میرا کفر میرے منہ دے گھر میں بابے کوئی شرمندہ میں بابے دے سامنے قرآن نہ پڑھ دیا اجے پھر تے تھی پہ مل لیا چرک آواز ہے سچا حال آمن دے میں غریب آ گیا اور بندہ نام آئے سجاد نگاہ کی تیے کربلا دا غریب ہے سر تو پیرا تے زخمی ہے جا جا جھنڈا ہے نادی علی پڑھ کے اٹھ دے سجاد بار میں سہارا دے کہ آلیا بھین دے سہارے لین اتنا روم ہے اکبر دا بابا آسمان ادمو کر گیا دے میرا اللہ غریب تو غریب پھر آوے این اوڈی بھیڑ بھی نہیں مردی جی بھی میری مر گئی ہے ذکر دی کا سمیں پتر پیو نو سہارا دے وڑواتے سجاد بابے دے گھر بھائی پائی ہے فرمایا بابا تو دے سابرا دا سلطان ہے فرمایا بے ایک میں وڈا غریبان دیونے آلے آمن ممبر دی کا سمیں سجادیا چیخا اور بلند ہوئی ہے حسینہ دن دن کے بڑے فرمایا بابا من کوئی اور بے نہ یاد آئے بابا توڑی بھیند چنگے مقدر جنگلہ چھوڑی ہے مصر بھی ملے آئے کفر بھی ملے آئے بابا من رو بے نہ یاد آئے شام نہ زندان آئی میری چون سالہ دی بھیند آئے میری بھیند مر گئی آئی نہ من پانی لبدا نہ من کفر نہ کپڑا اللہم صلی علی محمد و آل محمد